अस्सलाम वालेकुम जी, मैं हाँ थोड़ा अपना होस्ट हुआ जी, और आज मैं पहुंच गया वहाँ रावलपिंडी के अंदर, अर्जनपुरे के अंदर है। मैं अर्जनपुरा गुरु अर्जन देव जी के नाम से जी हाँ जी सिख धर्म के पंजवें पातशाह जड़े ने उन्होंने नाम के उत्ते वसाया गया जोड़ा ये मोहल्ला से जिन्हों के अर्जनपुरा कहा जाता, और स्टिल यदा नाम जोड़ा है अर्जनपुरा है मोहल्ला मोहल्ले का। अगर तुसी रावलपिंडी ਦੇ ਵਿੱਚ ਦਾਖਲ ਹੁੰਦੇ ਹੋ ਔਰ ਮੋਤੀ ਮਹਿਲ ਤੋਂ ਉੱਤਰ ਕੇ ਲਿਆਕਤ ਬਾਗ ਤੋਂ ਹੁੰਦੇ ਹੋਏ ਜਦੋਂ ਤੁਸੀਂ ਅਗਰ ਰਾਜਾ ਬਾਜ਼ਾਰ ਨੂੰ ਇੱਕ ਰਸਤਾ ਜਾਂਦਾ ਹੈ ਉੱਥੇ ਆਉਂਦੇ ਹੋ ਤਾਂ ਤੁਹਾਨੂੰ ਇਹ ਮੁਹੱਲਾ ਜਿਹੜਾ ਆਪਣੀ ਤਰਫ ਖਿੱਚਦਾ ਹੈ। ਔਰ ਲੇਕਿਨ ਇਹਦੇ ਮੁਤਲਕ ਬਹੁਤ ਜ਼ਿਆਦਾ ਸਾਰੀ ਹਿਸਟਰੀ ਪਤਾ ਨਹੀਂ ਚੱਲਦੀ ਹੈ, ਇਸ ਵਾਸਤੇ ਕਿ ਲੋਕ ਗੁੰਮਸੁੰਮ ਔਰ ਚੁੱਪ ਰਹਿਣ ਵਾਲੇ ਲੋਕ ਨੇ ਅੱਜ ਵੀ ਰਾਵਲਪਿੰਡੀ ਦੇ ਬਹੁਤ ਜ਼ਿਆਦਾ ਤਵਾਰੀਖ ਦੇ ਉੱਤੇ ਗੱਲ ਨਹੀਂ ਕਰਦੇ। ਮੁਹੱਲਾ ਅਰਜਨਪੁਰਾ ਰਾਵਲਪਿੰਡੀ ਆਰਕੀਟੈਕਚਰ ਦੀ ਗੱਲ ਕੀਤੀ ਜਾਏ ਤਾਂ ਰਾਵਲਪਿੰਡੀ ਦੀ ਕੰਸਟਰਕਸ਼ਨ ਦਾ ਜਿਹੜਾ ਬਿਲਕੁਲ ਆਰਕੀਟੈਕਚਰ ਜਿਹੜਾ ਉਹ ਬਿਲਕੁਲ ਡਿਫਰੈਂਟ ਸੀ। ਇੱਥੇ ਦੀ ਨਫਾਸਤ ਜਿਹੜੀ ਹੈ ਉਹ ਅੱਜ ਵੀ ਮਸ਼ਹੂਰ ਹੈ, ਔਰ ਇੱਥੇ ਜੋ ਨਫਾਸਤ ਜਿਹੜੀ ਹੈ ਉਹ ਅੱਜ ਵੀ ਮਸ਼ਹੂਰ ਹੈ। ਸੜਕਾਂ ਇੱਥੇ ਦੀਆਂ ਅੱਜ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਨੀਟ ਐਂਡ ਕਲੀਨ 1901 ਦੀ ਤਸਵੀਰ ਹੈ ਜਾਂ 1910 ਦੀ ਤਸਵੀਰ ਹੈ ਰੇਲਵੇ ਸਟੇਸ਼ਨ ਦੀ। ਤਾਂ ਕੁਝ ਲੋਕ ਕਹਿੰਦੇ ਸਨ ਕਿ ਰਾਵਲਪਿੰਡੀ ਬੜਾ ਸਾਫ਼ ਸੁਥਰਾ ਹੁੰਦਾ ਸੀ, ਸੇਮ ਅੱਜ ਵੀ ਰਾਵਲਪਿੰਡੀ ਜਿਹੜਾ ਉਹ ਨਾ ਪੋਲਿਊਟਿਡ ਨਹੀਂ ਹੈ ਬਲਕਿ ਨੀਟ ਐਂਡ ਕਲੀਨ ਸਿਟੀ ਹੈ। ਔਰ ਇੱਥੇ ਦੇ ਮੈਂ ਕਹਾਂਗਾ ਕਿ ਲੋਕ ਜਿਹੜੇ ਨੇ ਉਹਦੇ 'ਚ ਤਾਵਨ ਕਰਦੇ ਨੇ। ਘਰਾਂ ਦਾ ਆਰਕੀਟੈਕਚਰ ਮਜ਼ੇਦਾਰ, ਉਸੇ ਤਰ੍ਹਾਂ ਹੀ ਹਿਸਟੋਰੀਕਲ ਪੁਆਇੰਟ ਆਫ ਵਿਊ ਦੇ ਨਾਲ ਘਰ ਦੀ ਦਰਸ਼ਨੀ ਡਿਉੜੀ ਹੈ ਜੀ। ਇਹ ਬੜੇ ਹੋਏ ਹੰਸ, ਰੀਸਟੋਰ ਕੀਤੇ ਗਏ ਬਹੁਤ ਜ਼ਿਆਦਾ ਸਾਰੇ ਘਰਾਂ ਦਾ ਆਰਕੀਟੈਕਚਰ ਜਿਹੜਾ ਉਹਨੂੰ ਪ੍ਰੋਪਰ ਤਰੀਕੇ ਨਾਲ ਰੀਸਟੋਰ ਕੀਤਾ ਗਿਆ, ਔਰ ਉਹ ਬੜਾ ਅੱਛਾ ਲੱਗਦਾ। ਇੱਕ ਗਲੀ ਦੇ ਵਿੱਚ ਮੈਂ ਵੜਿਆ ਅਤੇ ਮੈਨੂੰ ਉਹ ਗਲੀ ਦੇਖ ਕੇ ਹੈਰਾਨ ਹੋ ਗਿਆ ਮੈਂ, ਕਿਉਂਕਿ ਉਹਦੇ ਵਿੱਚ ਜਿਹੜੀ ਸਭ ਤੋਂ ਮਜ਼ੇਦਾਰ ਚੀਜ਼ ਸੀ ਉਹ ਕੀ ਸੀ, ਆਓ ਮੈਂ ਤੁਹਾਨੂੰ ਦਿਖਾਉਂਦਾ ਵਾਂ ਕਿ ਥੱਲੋਂ ਉੱਤੇ ਲੈ ਕੇ ਘਰਾਂ ਦੇ ਸ਼ੇਡਸ ਔਰ ਖਿੜਕੀਆਂ ਦੇ ਸ਼ੇਡਸ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਸਨ। ਇਹਦੇ ਲਾਗੇ ਹੀ ਸੀ ਡੀ ਏ ਵੀ ਕਾਲਜ, ਇਸ ਸਟਰੀਟ ਨੂੰ ਡੀ ਏ ਵੀ ਕਾਲਜ ਰੋਡ ਵੀ ਕਿਹਾ ਜਾਂਦਾ। ਐਸੀ ਉਹ ਸਟਰੀਟ ਜਿਹਦੇ ਮੁਤਲਕ ਮੈਂ ਗੱਲ ਕਰ ਰਿਹਾ ਸੀ ਕਿ ਮੈਨੂੰ ਬੀਤੇ ਹੋਏ ਵਕਤ ਦੀ ਜਾਂ ਪ੍ਰੀ ਪਾਰਟੀਸ਼ਨ ਜਿਹੜੇ ਪੰਜਾਬ ਦਾ ਅਨਡਿਵਾਈਡਿਡ ਹਿੱਸਾ ਜਿਹੜਾ ਸੀ ਉਹਦੀ ਇੱਕ ਵਾਰੀ ਯਾਦ ਆਉਂਦੀ ਹੈ। ਅਤੇ ਉਹ ਤੁਸੀਂ ਇਹ ਅੱਗੇ ਖਿੜਕੀਆਂ ਔਰ ਦਰਵਾਜ਼ੇ ਦੇ ਸ਼ੇਡਸ ਦੇਖੋ ਅਤੇ ਤੁਹਾਨੂੰ ਉਹ ਉੱਤੇ ਤੀਸਰੇ ਫਲੋਰ ਤੱਕ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ। ਬਹੁਤ ਵਧੀਆ ਆਰਕੀਟੈਕਚਰ ਨੂੰ ਲੈ ਕੇ ਮੈਂ ਹਮੇਸ਼ਾ ਜਦੋਂ ਵੀ ਮੈਂ ਰਾਵਲਪਿੰਡੀ ਆਉਣਾ ਵਾਂ ਤਾਂ ਮੈਂ ਕੁਛ ਨਾ ਕੁਛ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਨਾ ਵਾਂ, ਕਿਉਂਕਿ ਰਾਵਲਪਿੰਡੀ ਪ੍ਰੀ ਪਾਰਟੀਸ਼ਨ ਸਿੱਖਿਜ਼ਮ ਦਾ ਹੈੱਡਕੁਆਟਰ ਸੀ, ਬਹੁਤ ਘੱਟ ਲੋਕਾਂ ਨੂੰ ਪਤਾ, ਔਰ ਇੱਥੇ ਦੀ ਜ਼ਿਆਦਾਤਰ ਆਬਾਦੀ ਜਿਹੜੀ ਸੀ ਉਹ ਸਿੱਖ ਵਿਅਕਤੀਆਂ ਦੇ ਉੱਤੇ ਹੁੰਦੀ ਸੀ। ਇਹ ਮੈਂ ਗੱਲ ਕਰਦਾ ਸੀ, ਇਹ ਦੇਖੋ ਤੁਸੀਂ
ਕਿ ਅੱਜ ਵੀ ਪ੍ਰੀ ਪਾਰਟੀਸ਼ਨ ਬਣੇ ਹੋਏ ਉਹ ਘਰਾਂ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਕਦੀ ਪਹਿਲੇ ਹੁੰਦੀ ਸੀ। ਵੈਲਥ ਵਾਈਜ਼ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਲੋਕ ਕਿੰਨੇ ਕੁ ਸਟਰੋਂਗ ਹੋਣਗੇ ਉਸ ਵੇਲੇ, ਜਾਂ ਉਹਨਾਂ ਦੀ ਵੈਲਥ ਕਿੰਨੀ ਸਟਰੋਂਗ ਸੀ ਉਸ ਵੇਲੇ। ਤੁਸੀਂ ਦੇਖ ਰਹੇ ਹੋ ਮੁਹੱਲਾ ਅਰਜਨਪੁਰਾ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। During the research of Khalsa Raj footsteps in Pakistan, ਤਾਂ ਫਿਰ ਤੁਸੀਂ ਦੇਖਦੇ ਰਹੋ ਕਲਚਰ ਐਂਡ ਹੈਰੀਟੇਜ ਆਫ ਪਾਕਿਸਤਾਨ। ਸ਼ਾਮ ਦੇ ਢਲਦੇ ਸਾਏ ਉਹਨਾਂ ਲੋਕਾਂ ਦੇ ਨਾਮ ਜੋ ਅੱਜ ਵੀ ਰਾਵਲਪਿੰਡੀ ਦੇ ਨਾਲ ਪਿਆਰ ਕਰਦੇ ਨੇ, ਜਿਨ੍ਹਾਂ ਦੀਆਂ ਰੂਹਾਂ ਜਿਹੜੀਆਂ ਨੇ ਅੱਜ ਵੀ ਰਾਵਲਪਿੰਡੀ ਦੇ ਅੰਦਰ ਹੀ ਰਹਿੰਦੀਆਂ ਨੇ।